ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਅੱਜ ਪੰਜਾਬ ਦੇ ਵਿੱਚ ਮੌਸਮ ਸਥਿਰ ਰਿਹਾ, ਯਾਨੀ ਕਿ ਪਹਿਲਾਂ ਇਹ ਜਾਪਦਾ ਸੀ ਕਿ ਅੱਜ ਬੱਦਲਵਾਈ ਹੋਣੀ ਆ, ਕਈ ਥਾਵਾਂ ਦੇ ਉੱਤੇ ਬੱਦਲਵਾਈ ਹੋਈ ਵੀ, ਪਰ ਉਸ ਤੋਂ ਬਾਅਦ ਫਿਰ ਧੁੱਪ ਨਿਕਲੀ। ਯਾਨੀ ਕਿ ਅੱਜ ਮਾਝਾ ਖੇਤਰ ਦੇ ਵਿੱਚ, ਦੁਆਬਾ ਅਤੇ ਮਾਲਵਾ ਖੇਤਰ ਦੇ ਵਿੱਚ ਮੌਸਮ ਨੇ ਮਾੜੀ ਮੋਟੀ ਝਕਾਨੀ ਦਿੱਤੀ ਆ, ਪਰ ਬਹੁਤਾ ਵੱਡਾ ਫਰਕ ਨਹੀਂ ਪਿਆ ਜਿਵੇਂ ਕਿ ਮੌਸਮ ਵਿਭਾਗ ਨੇ ਕਿਹਾ ਸੀ ਕਿ ਮੀਂਹ ਅਤੇ ਝੱਖੜ ਝੁੱਲਾ ਆਉਣ ਦੀ ਸੰਭਾਵਨਾ। ਆਉਂਦੇ 24 ਘੰਟਿਆਂ ਦੇ ਵਿੱਚ ਅੰਦਾਜ਼ੇ ਦੇ ਮੁਤਾਬਕ ਮੌਸਮ ਕਰਵਟ ਬਦਲ ਸਕਦਾ, ਬਾਕੀ ਵਕਤ ਦੱਸੂਗਾ। ਪਰ ਜੇਕਰ ਅਸੀਂ ਪੰਜਾਬ ਦੀ ਰਾਜਨੀਤਿਕ ਹਾਲ ਬਿਆਨੀ ਕਰਦੇ ਹਾਂ, ਜਦੋਂ ਵੀ ਲੋਕ ਇਹ ਗੱਲ ਕਹਿੰਦੇ ਆ ਕਿ ਪੰਜਾਬੀ ਭੋਲੇ ਹੁੰਦੇ ਆ ਇਸ ਕਰਕੇ ਠੱਗੇ ਜਾਂਦੇ ਆ, ਪੰਜਾਬੀ ਬਹੁਤ ਭਾਵੁਕ ਹੁੰਦੇ ਆ ਇਸ ਕਰਕੇ ਠੱਗੇ ਜਾਂਦੇ ਆ, ਮੈਂ ਇਹਦੇ ਵਿੱਚੋਂ ਕੁਝ ਕੁ ਗੱਲਾਂ ਨਾਲ ਸਹਿਮਤ ਨਹੀਂ ਹੁੰਦਾ। ਅਸੀਂ ਭੋਲੇ ਤਾਂ ਬਿਲਕੁਲ ਨਹੀਂ ਹਾਂ, ਅਸੀਂ ਇਮੋਸ਼ਨਲ ਆ, ਅਸੀਂ ਕਈ ਵਾਰ ਛੇਤੀ ਭਰੋਸਾ ਕਰ ਬੈਠਦੇ ਹਾਂ, ਇਹ ਗੱਲਾਂ ਸੱਚੀਆਂ। ਪਰ ਜੇਕਰ ਅਸੀਂ ਭੋਲੇ ਹੋ ਗਏ ਤਾਂ ਦਾਰੂ ਦੀ ਬੋਤਲ ਪਿੱਛੜਨ ਲੜਗੇ, ਉਦੋਂ ਅਸੀਂ ਕਹਿੰਦੇ ਹਾਂ ਇੱਕ ਨਹੀਂ ਦੋ ਬੋਤਲਾਂ ਪਿੱਛੇ ਵੋਟ ਪਾਵਾਂਗੇ, ਪਰ ਅਸੀਂ ਇੱਕ ਬੋਤਲ ਦੇ ਉੱਤੇ ਮੰਨ ਜਾਂਦੇ ਹਾਂ, ਇਹ ਭੋਲੇਪਣ ਦੀ ਨਿਸ਼ਾਨੀ ਨਹੀਂ ਆ। ਜਦੋਂ ਅਸੀਂ ਕਹਿੰਦੇ ਹਾਂ ਵੀ ਸਾਨੂੰ 2500 ਰੁਪਈਆ ਵੋਟ ਦਾ ਚਾਹੀਦਾ, ਸਾਨੂੰ 5000 ਰੁਪਈਆ ਵੋਟ ਦਾ ਚਾਹੀਦਾ, ਫਿਰ ਅਸੀਂ 2000 ਦਾ ਗੁਲਾਬੀ ਰੰਗ ਦਾ ਨੋਟ ਲੈ ਕੇ ਆ ਜਾਂਦੇ ਹਾਂ, ਉਦੋਂ ਅਸੀਂ ਭੋਲੇ ਨਹੀਂ ਹੁੰਦੇ, ਅਸੀਂ ਬਹੁਤ ਚਤਰ ਹੁੰਦੇ ਉਸ ਵਕਤ। ਪਰ ਕਿਉਂਕਿ ਅਸੀਂ ਹਰ ਗੱਲ ਦੇ ਵਿੱਚ ਆਪਣੇ ਆਪ ਨੂੰ ਵਿਚਾਰਾ ਜਿਹਾ ਪੇਸ਼ ਕਰਨ ਦੇ ਆਦੀ ਹਾਂ, ਉਹਦੇ ਵਿੱਚ ਮੈਂ ਵੀ ਸ਼ਾਮਿਲ ਹਾਂ, ਤੁਸੀਂ ਵੀ ਹੋ ਸਾਰੇ ਹੀ ਆਪਾਂ, ਇਸ ਕਰਕੇ ਇਹ ਕੰਮ ਬੰਦ ਕਰ ਲੈਣਾ ਚਾਹੀਦਾ, ਜਿੱਥੇ ਸਾਡੀਆਂ ਗਲਤੀਆਂ ਉਹਨਾਂ ਨੂੰ ਕਬੂਲ ਕਰ ਲੈਣਾ ਚਾਹੀਦਾ ਕਿ ਜੇਕਰ ਅਸੀਂ ਸਹੀ ਤਰੀਕੇ ਨਾਲ ਚੱਲਦੇ ਤਾਂ ਅਸੀਂ ਸਹੀ ਬੰਦੇ ਚੁਣਦੇ ਤਾਂ ਪੰਜਾਬ ਦਾ ਸਹੀ ਤਰੀਕੇ ਦੇ ਨਾਲ ਭਲਾ ਹੁੰਦਾ। ਪਰ ਹੁਣ ਉਹ ਲੋਕ ਚੰਗੇ ਲੱਗਣ ਲੱਗੇ ਆ ਜਿਹੜੇ ਵੱਖ ਵੱਖ ਥਾਵਾਂ ਦੇ ਉੱਤੇ ਉਮੀਦਵਾਰਾਂ ਨੂੰ ਘੇਰ ਰਹੇ ਆ। ਹਰ ਰੋਜ਼ ਖਬਰਾਂ ਇਹ ਆਉਂਦੀਆਂ ਕਿ ਫਲਾਣੇ ਉਮੀਦਵਾਰ ਨੂੰ ਨੌਜਵਾਨਾਂ ਨੇ ਤਰਕ ਦੇ ਨਾਲ ਸਵਾਲ ਕੀਤੇ ਆ, ਜਵਾਬ ਮੰਗੇ ਆ, ਪਰ ਉਹ ਦੇ ਨਹੀਂ ਸਕਿਆ ਉੱਤਰ, ਉਹ ਖਿਸਕ ਗਿਆ ਉੱਥੋਂ। ਫਿਰ ਖਬਰਾਂ ਆਉਂਦੀਆਂ ਕਿ ਫਲਾਣੀ ਥਾਂ ਦੇ ਉੱਤੇ ਜਿਹੜਾ ਉਮੀਦਵਾਰ ਆ ਉਹਨੂੰ ਵੀ ਅੱਜ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ, ਉਹ ਨਿਰ ਉੱਤਰ ਹੋ ਗਿਆ। ਜੇਕਰ ਅਸੀਂ ਇਹ ਸਵਾਲ ਲਗਾਤਾਰ ਪੁੱਛਣ ਦੀ ਆਦਤ ਪਾਈ ਰੱਖਾਂਗੇ ਤਾਂ ਸਾਡਾ ਭਵਿੱਖ ਠੀਕ ਰਹਿਣਾ, ਨਹੀਂ ਤਾਂ ਆਮ ਤੌਰ ਦੇ ਉੱਤੇ ਅਸੀਂ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਗੋਡਿਆਂ ਦੇ ਵਿੱਚ ਸਿਰ ਦੇ ਕੇ ਰੋਂਦੇ ਹਾਂ, ਢਾਣੀਆਂ ਦੇ ਵਿੱਚ ਬੈਠ ਬੈਠ ਕੇ ਨੁਕਤਾਚੀਨੀ ਕਈਆਂ ਦੀ ਕਰਦੇ ਹਾਂ, ਇਹ ਗੱਲ ਕਹਿੰਦੇ ਹਾਂ ਕਿ ਫਲਾਣਾ ਮਾੜਾ ਚੁਣਿਆ ਗਿਆ, ਫਲਾਣੇ ਨੇ ਕਦੇ ਸਾਡੇ ਲਈ ਕੁਝ ਕੀਤਾ ਹੀ ਨਹੀਂ, ਫਲਾਣਾ ਤਾਂ ਇਉਂ ਆ, ਫਲਾਣਾ ਤਾਂ ਇਉਂ ਆ। ਜੇ ਕੁਝ ਅਸੀਂ ਬਾਅਦ ਦੇ ਵਿੱਚ ਜੋ ਕਰਦੇ ਹਾਂ ਪਹਿਲਾਂ ਕਰਨਾ ਸ਼ੁਰੂ ਕਰੀਏ ਵਿਚਾਰ ਵਟਾਂਦਰਾ, ਤਾਂ ਸ਼ਾਇਦ ਕੋਈ ਨਾ ਕੋਈ ਪੰਜਾਬ ਦੇ ਵਿੱਚੋਂ ਚੰਗਾ ਨਤੀਜਾ ਸਾਹਮਣੇ ਆਵੇ ਅਤੇ ਪੰਜਾਬ ਦਾ ਕੁਝ ਬਣ ਜਾਵੇ। ਅੱਜ ਕਈ ਖਬਰਾਂ ਆਈਆਂ, ਵੱਖ ਵੱਖ ਥਾਵਾਂ ਦੇ ਉੱਤੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਲੋਕਾਂ ਨੇ ਘੇਰਿਆ, ਪ੍ਰੋਫੈਸਰ ਸਾਧੂ ਸਿੰਘ ਨੂੰ ਵੀ, ਕੇਵਲ ਸਿੰਘ ਢਿੱਲੋਂ ਨੂੰ ਵੀ, ਸੁਖਪਾਲ ਸਿੰਘ ਖਹਿਰਾ ਨੂੰ ਵੀ, ਭਗਵੰਤ ਮਾਨ ਨੂੰ ਵੀ ਤਿੱਖੇ ਸਵਾਲ ਹੋਏ ਆ, ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਵੀ ਹੋ ਰਹੇ ਆ, ਜਸਵੀਰ ਸਿੰਘ ਡਿੰਪਾ ਹੋਰਾਂ ਨੂੰ ਵੀ ਹੋਏ ਆ, ਕਈ ਹੋਰ ਵੀ ਹੋਣਗੇ, ਪਰ ਕੁਝ ਇੱਕ ਦੀ ਰਿਪੋਰਟ ਸਾਡੇ ਸਾਹਮਣੇ ਆਈ ਆ। ਜਿਹੜੇ ਕਾਂਗਰਸੀ ਉਮੀਦਵਾਰ ਆ ਲੋਕ ਉਹਨਾਂ ਨੂੰ ਸਵਾਲ ਕਰ ਰਹੇ ਆ ਵੱਖ ਵੱਖ ਥਾਵਾਂ ਦੇ ਉੱਤੇ, ਵੈਸੇ ਸਾਰੇ ਲੋਕ ਇੰਨੇ ਸੂਝਵਾਨ ਨਹੀਂ ਹੁੰਦੇ, ਕੁਝ ਕੁ ਪਿੰਡਾਂ ਤੋਂ ਇਹੋ ਜਿਹੀਆਂ ਖਬਰਾਂ ਆਉਂਦੀਆਂ ਅਤੇ ਪਿੰਡ ਦੇ ਵਿੱਚ ਵੱਸਦੇ ਕੁਝ ਕੁ ਲੋਕਾਂ ਦੇ ਰਾਹੀਂ ਹੀ ਇਹ ਖਬਰਾਂ ਆਉਂਦੀਆਂ, ਕਦੇ ਵੀ ਕੋਈ ਪੂਰਾ ਪਿੰਡ ਕਿਸੇ ਦੇ ਖਿਲਾਫ ਇਹਦਾ ਬੋਲਦਾ ਨਹੀਂ, ਕਿਉਂਕਿ ਅੱਧੇ ਕੁ ਕਾਂਗਰਸੀ ਹੁੰਦੇ ਆ, ਅੱਧੇ ਆਮ ਆਦਮੀ ਪਾਰਟੀ ਵਾਲੇ, ਅੱਧੇ ਕੁ ਜਿਹੜੇ ਅਕਾਲੀ ਦਲ ਵਾਲੇ। ਪਰ ਜਿਹੜੀਆਂ ਖਬਰਾਂ ਆਈਆਂ ਉਹਦੇ ਮੁਤਾਬਕ ਕਾਂਗਰਸੀ ਜਿਹੜੇ ਉਮੀਦਵਾਰ ਹੈ ਉਹਨਾਂ ਨੂੰ ਲੋਕਾਂ ਦੇ ਇੱਕ ਹਿੱਸੇ ਵੱਲੋਂ ਸਵਾਲ ਕੀਤਾ ਜਾ ਰਿਹਾ ਕਿ ਸਾਡੀਆਂ ਰੁਜ਼ਗਾਰ, ਸਾਡੀਆਂ ਨੌਕਰੀਆਂ ਕਿੱਥੇ ਆ, ਸਾਡਾ ਜੇਕਰ ਨੌਕਰੀ ਨਹੀਂ ਤਾਂ ਬੇਰੁਜ਼ਗਾਰੀ ਪਤਾ ਕਿੱਥੇ ਆ, ਸਾਡੇ ਮੋਬਾਈਲ ਫੋਨ ਕਿੱਥੇ ਆ, ਨਸ਼ਾ ਖਤਮ ਕਿਉਂ ਨਹੀਂ ਹੋਇਆ। ਤੁਸੀਂ ਕਹਿੰਦੇ ਸੀ ਪੰਜਾਬ ਦੇ ਵਿੱਚ ਵਿਕਾਸ ਦੀ ਨੇਰੀ ਲਿਆਦਾਂਗੇ, ਲਗਭਗ 2.25 ਸਾਲ ਹੋ ਗਏ ਆ, ਹੈ ਨੇਰੀ ਉਹ ਕਿੱਥੇ? ਉੱਤਰ ਦੇਣ ਦੀ ਥਾਂ ਦੇ ਉੱਤੇ ਉਰਲੀਆਂ ਪਰਲੀਆਂ ਉਮੀਦਵਾਰ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਲੋਕ ਉਹਨਾਂ ਨੂੰ ਬੋਲਣ ਨਹੀਂ ਦਿੰਦੇ। ਇਸੇ ਤਰੀਕੇ ਨਾਲ ਅਕਾਲੀ ਦਲ ਦੇ ਉਮੀਦਵਾਰ ਜਿੱਥੇ ਜਾਂਦੇ ਆ, ਪਹਿਲੀ ਗੱਲ ਤਾਂ ਲੋਕ ਕਾਲੀਆਂ ਝੰਡੀਆਂ ਦਿਖਾ ਦਿੰਦੇ ਆ, ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਰੋਸ ਦੇ ਰੂਪ ਦੇ ਵਿੱਚ। ਫਿਰ ਸਵਾਲ ਪੁੱਛਦੇ ਆ ਵੀ ਤੁਹਾਡੇ ਰਾਜ ਦੇ ਵਿੱਚ ਵੀ ਨਸ਼ਾ ਬਹੁਤ ਸੀ, ਕਿਸਾਨੀ ਖੁਦਕੁਸ਼ੀਆਂ ਬੜੀਆਂ ਸੀ, ਤੁਸੀਂ 10 ਸਾਲਾਂ ਦੇ ਵਿੱਚ ਕੀਤਾ ਕੀ ਆ ਪੰਜਾਬ ਦੇ ਲਈ? ਜਦੋਂ ਤਰਕ ਦੇ ਨਾਲ ਲੋਕ ਉੱਤਰ ਪੁੱਛਦੇ ਆ ਤਾਂ ਫਿਰ ਉਹ ਵੀ ਨਿਕਲ ਜਾਂਦੇ ਆ। ਫਿਰ ਆਮ ਆਦਮੀ ਪਾਰਟੀ ਵਾਲਿਆਂ ਨੂੰ ਪੁੱਛਦੇ ਆ, ਜਿਹੜੇ ਬਾਗੀ ਆ ਉਹਨਾਂ ਨੂੰ ਵੀ, ਜਿਹੜੇ ਵਰਤਮਾਨ ਆਮ ਆਦਮੀ ਪਾਰਟੀ ਦੇ ਆਗੂ ਆ ਉਹਨਾਂ ਨੂੰ ਵੀ ਤੁਸੀਂ ਇਕੱਠੇ ਸੀ, ਸਾਨੂੰ ਇਹ ਲੱਗਾ ਸੀ ਵੀ ਇਨਕਲਾਬ ਆਉਣ ਵਾਲਾ, ਤੁਸੀਂ ਇਨਕਲਾਬ ਦੀ ਵੀ ਜੱਖਣਾ ਕੱਢਤੀ, ਪਾਰਟੀ ਦੀ ਵੀ ਕੱਢਤੀ, ਲੋਕਾਂ ਦੀ ਵੀ ਕੱਢਤੀ, ਸਾਡਾ ਕਸੂਰ ਕੀ ਹੈ? ਤੁਸੀਂ ਕੁਰਸੀ ਦੇ ਚੱਕਰ ਦੇ ਵਿੱਚ ਕੁੱਕੜਾਂ ਵਾਂਗੂ ਲੜੇ, ਆਪਸ ਦੇ ਵਿੱਚ ਬਹਿਸ ਬਹਿਸ ਕੇ ਸੱਤਿਆਨਾਸ਼ ਕਰ ਦਿੱਤਾ ਪਾਰਟੀ ਦਾ, ਸਾਡਾ ਕਸੂਰ ਕੀ ਹੈ? ਉਹ ਵੀ ਤਰਕ ਦੇ ਨਾਲ ਉੱਤਰ ਨਹੀਂ ਦਿੰਦੇ, ਬਹਿ ਬਹਿ ਕੇ ਨਿਕਲ ਜਾਂਦੇ ਆ। ਬਹੁਤ ਵਧੀਆ ਗੱਲ ਹੈ, ਹਾਲੇ ਵੀ ਵਕਤ ਹੈ, 19 ਮਈ ਤੋਂ ਪਹਿਲਾਂ ਜਿੰਨੇ ਸਵਾਲ ਕਰ ਲਓਗੇ ਉਨਾ ਹੀ ਬਿਹਤਰ ਆ, 19 ਮਈ ਤੋਂ ਬਾਅਦ ਤੁਹਾਨੂੰ ਕਿਸੇ ਨੇ ਟੱਕਰਨਾ ਨਹੀਂ, ਜੇਕਰ ਟੱਕਰੇ ਤਾਂ ਸੁਰੱਖਿਆ ਕਰਮਚਾਰੀਆਂ ਦੇ ਵਿੱਚ ਘਿਰੇ ਹੋਣਗੇ ਅਤੇ ਫਿਲਮੀ ਕਲਾਕਾਰਾਂ ਵਾਂਗੂ ਹੱਥ ਲਾਉਂਦੇ ਲੋਕ ਆ ਜਿਹੜੇ ਚੁਣੇ ਹੋਏ ਨੇਤਾ ਜਿਹੜੇ ਉਹ ਨਿਕਲ ਜਾ ਕਰਨਗੇ, ਸਾਡੇ ਪਿੰਡ ਪੱਲੇ ਕੱਖ ਨਹੀਂ ਰਹਿਣਾ। ਪਹਿਲਾਂ ਉਹ ਕੁਝ ਖਬਰਾਂ ਸਾਂਝੀਆਂ ਕਰਦੇ ਹਾਂ ਜਿਹੜੀਆਂ ਸਾਡੇ ਤੱਕ ਕੱਪੜੀਆਂ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ।
ਲੋਕ ਸਭਾ ਚੋਣਾਂ ਦੇ ਮਾਹੌਲ ਦੇ ਵਿੱਚ ਇਸ ਵਾਰ ਜਨਤਾ ਦਾ ਪਾਰਾ 7ਵੇਂ ਅਸਮਾਨ ਦੇ ਉੱਤੇ ਪਹੁੰਚ ਚੁੱਕਿਆ। ਪੰਜਾਬ ਦੀ ਜਨਤਾ ਸੱਤਾ ਧਿਰ ਕਾਂਗਰਸ ਜਾਂ ਫਿਰ ਪਿਛਲੇ 10 ਸਾਲ ਰਾਜ ਕਰਕੇ ਗਏ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੇ ਗੱਠਜੋੜ ਨੂੰ ਘੇਰ ਹੀ ਨਹੀਂ ਰਹੀ, ਸਗੋਂ ਵੱਡੇ ਵੱਡੇ ਦਾਅਵੇ ਕਰਕੇ ਮੈਦਾਨ ਦੇ ਵਿੱਚ ਆਈਆਂ ਨਵੀਆਂ ਪਾਰਟੀਆਂ ਤੋਂ ਵੀ ਜਵਾਬ ਮੰਗ ਰਹੀ ਹੈ। ਬੇਸ਼ੱਕ ਸਿਆਸੀ ਲੀਡਰ ਸਵਾਲ ਕਰਨ ਵਾਲੇ ਹਰ ਬੰਦੇ ਨੂੰ ਵਿਰੋਧੀਆਂ ਦੇ ਏਜੰਟ ਦੱਸ ਰਹੇ ਨੇ, ਪਰ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਇਹ ਨਵਾਂ ਦੌਰ ਬਹੁਤ ਕੁਝ ਸੋਚਣ ਵਾਸਤੇ ਮਜਬੂਰ ਕਰ ਰਿਹਾ। ਇੱਥੇ ਵੀ ਦੱਸਣਾ ਬਣਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਇਸ ਨਾਲ ਵਾਪਰੇ ਗੋਲੀਕਾਂਡ ਨੂੰ ਲੈ ਕੇ ਸਿੱਖ ਸੰਗਤਾਂ ਦੇ ਵਿੱਚ ਕਾਫੀ ਰੋਸ ਹੈ। ਕਈ ਥਾਵਾਂ ਦੇ ਉੱਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਜਾ ਰਹੀਆਂ ਨੇ। ਇਸ ਤੋਂ ਇਲਾਵਾ ਉਮੀਦਵਾਰਾਂ ਤੋਂ ਚੋਣ ਜਲਸਿਆਂ ਵਿੱਚ ਸਿੱਧੇ ਹੀ ਸਵਾਲ ਪੁੱਛੇ ਜਾ ਰਹੇ ਨੇ। ਬਠਿੰਡਾ ਦੇ ਵਿੱਚ ਹਰਸਿਮਰਤ ਕੌਰ ਬਾਦਲ ਅਤੇ ਫਰੀਦਕੋਟ ਦੇ ਵਿੱਚ ਗੁਲਜ਼ਾਰ ਸਿੰਘ ਰਣੀਕੇ ਨੂੰ ਕਈ ਵਾਰ ਜਨਤਾ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕਾਂਗਰਸ ਦੇ ਖਿਲਾਫ਼ ਵੀ ਲੋਕਾਂ ਦੇ ਵਿੱਚ ਗੁੱਸਾ ਹੈ। ਕਾਂਗਰਸੀ ਉਮੀਦਵਾਰਾਂ ਨੂੰ ਘੇਰਿਆ ਜਾ ਰਿਹਾ, ਉਹਨਾਂ ਕੋਲੋਂ ਰੁਜ਼ਗਾਰ, ਵਿਕਾਸ ਅਤੇ ਕਿਸਾਨਾਂ ਦੇ ਕਰਜ਼ਿਆਂ ਬਾਰੇ ਸਵਾਲ ਕੀਤੇ ਜਾ ਰਹੇ ਨੇ। ਬਠਿੰਡਾ ਤੋਂ ਚੋਣ ਲੜ ਰਹੇ ਰਾਜਾ ਵੜਿੰਗ ਅਤੇ ਸੰਗਰੂਰ ਤੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਕਈ ਵਾਰ ਜਨਤਾ ਦੇ ਸਵਾਲਾਂ ਦੀ ਵਾਛੜ ਸਹਿ ਚੁੱਕੇ ਨੇ। ਸੱਤਾ ਧਿਰ ਤਾਂ ਜਨਤਾ ਦੇ ਸਵਾਲਾਂ ਤੋਂ ਇੰਨੀ ਖੌਫਜ਼ਦਾ ਹੈ ਕਿ ਚੋਣ ਜਲਸਿਆਂ ਵਿੱਚ ਖਾਸ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਨੇ। ਦਿਲਚਸਪ ਗੱਲ ਇਹ ਹੈ ਕਿ ਸਵਾਲ ਪੁੱਛਣ ਵਾਲੇ ਪਿੰਡਾਂ ਦੇ ਆਮ ਲੋਕ ਨੇ, ਉਹ ਉਮੀਦਵਾਰਾਂ ਵੱਲੋਂ ਕੀਤੇ ਗਏ ਵਾਅਦਿਆਂ ਅਤੇ ਕੰਮਾਂ ਦਾ ਹਿਸਾਬ ਮੰਗਦੇ ਨੇ। ਰਵਾਇਤੀ ਪਾਰਟੀਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਅਤੇ ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਦੇ ਉੱਤੇ ਲੋਕ ਸਵਾਲ ਕਰ ਰਹੇ ਨੇ। ਇਹਨਾਂ ਪਾਰਟੀਆਂ ਦੇ ਪ੍ਰਧਾਨਾਂ ਭਗਵੰਤ ਮਾਨ ਅਤੇ ਸੁਖਪਾਲ ਖਹਿਰਾ ਨੂੰ ਵੀ ਜਨਤਾ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸਿਆਸੀ ਮਾਹਰਾਂ ਦਾ ਕਹਿਣਾ ਕਿ ਪੰਜਾਬ ਦੇ ਮੁੱਦਿਆਂ ਨੂੰ ਕੋਈ ਵੀ ਪਾਰਟੀ ਸਹੀ ਤਰੀਕੇ ਨਾਲ ਮੁਖਾਤਬ ਨਹੀਂ ਹੋ ਰਹੀ, ਜਨਤਾ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਖਿਲਾਫ਼ ਰੋਸ ਹੈ। ਸੋਸ਼ਲ ਮੀਡੀਆ ਨੇ ਨੌਜਵਾਨਾਂ ਨੂੰ ਸਿਆਸੀ ਤੌਰ ਦੇ ਉੱਤੇ ਜਾਗਰੂਕ ਕਰ ਦਿੱਤਾ ਹੈ। ਉਹ ਉਮੀਦਵਾਰਾਂ ਨੂੰ ਸਵਾਲ ਕਰਨਾ ਆਪਣਾ ਹੱਕ ਸਮਝਦੇ ਨੇ। ਉਹ ਜਾਣਦੇ ਨੇ ਕਿ ਇਹੀ ਸਮਾਂ ਹੈ ਜਦੋਂ ਸਿਆਸਤਦਾਨਾਂ ਦੀ ਜਵਾਬਦੇਹੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਹ ਰੁਝਾਨ ਇਹ ਵੀ ਸਿੱਧ ਕਰਦਾ ਕਿ ਜੇਕਰ ਸਿਆਸੀ ਪਾਰਟੀਆਂ ਨੇ ਆਪਣੀ ਕਾਰਜਸ਼ੈਲੀ ਨਾ ਬਦਲੀ ਤਾਂ ਪੰਜਾਬ ਦੇ ਵਿੱਚ ਬਹੁਤ ਵੱਡਾ ਸਿਆਸੀ ਧਮਾਕਾ ਹੋ ਸਕਦਾ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਸੁਖਪਾਲ ਸਿੰਘ ਖਹਿਰਾ ਅੱਜ ਬਠਿੰਡਾ ਲੋਕ ਸਭਾ ਹਲਕੇ ਦੇ ਪਿੰਡ ਨੱਤ ਦੇ ਵਿੱਚ ਗਏ ਸੀ। ਇੱਥੇ ਨਾਲ ਇਹਨਾਂ ਦੇ ਕੁਝ ਹੋਰ ਸੰਗੀ ਸਾਥੀ ਵੀ ਸੀ। ਨੌਜਵਾਨਾਂ ਨੇ ਇੱਥੇ ਸਵਾਲ ਕੀਤਾ ਸੁਖਪਾਲ ਸਿੰਘ ਖਹਿਰਾ ਨੂੰ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚੋਂ ਬਾਗੀ ਕਿਹੜੀ ਗੱਲੋਂ ਹੋਏ। ਖਹਿਰਾ ਹੋਰਾਂ ਨੇ ਉੱਤਰ ਦਿੱਤਾ ਵੀ ਕੇਜਰੀਵਾਲ ਸਹੀ ਤਰੀਕੇ ਨਾਲ ਸੀ ਚੱਲਦੇ, ਆਮ ਆਦਮੀ ਪਾਰਟੀ ਆਪਣੇ ਨਿਸ਼ਾਨੇ ਤੋਂ ਭਟਕ ਗਈ ਸੀ, ਇਸ ਕਰਕੇ ਅਸੀਂ ਪਾਰਟੀ ਦੇ ਵਿੱਚੋਂ ਪਰੇ ਹੋ ਗਏ, ਅਸੀਂ ਖੁਦ ਮੁਖਤਿਆਰੀ ਚਾਹੁੰਦੇ ਸੀ, ਇਸ ਕਰਕੇ ਸਾਨੂੰ ਇਹ ਰਾਹ ਅਪਣਾਉਣਾ ਠੀਕ ਲੱਗਿਆ। ਫਿਰ ਉਹਨਾਂ ਨੇ ਇਹ ਸਵਾਲ ਕੀਤਾ ਸੁਖਪਾਲ ਖਹਿਰਾ ਨੂੰ ਕਿ ਤੁਸੀਂ ਪਾਰਟੀ ਨੂੰ ਤੋੜਨ ਦਾ ਕੰਮ ਕੀਤਾ, ਅਸੀਂ ਭਗਵੰਤ ਮਾਨ ਦੇ ਨਾਲ ਹਾਂ, ਤੁਹਾਡੇ ਨਾਲ ਨਹੀਂ। ਸੁਖਪਾਲ ਖਹਿਰੇ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਜੀ ਕੇਜਰੀਵਾਲ ਹੋਰਾਂ ਨੇ ਕਿਉਂ ਵਿਕਰਮ ਮਜੀਠੀਆ ਤੋਂ ਮਾਫ਼ੀ ਮੰਗੀ ਇਹਦੇ ਬਾਬਤ ਸੋਚੋ, ਪਰ ਲੋਕਾਂ ਨੇ ਇਹ ਗੱਲ ਕਹੀ ਵੀ ਤੁਸੀਂ ਜਿਹੜੇ ਭੁਲੱਥ ਦੇ ਲੋਕਾਂ ਦੇ ਨਾਲ ਵਾਅਦੇ ਕੀਤੇ ਆ, ਕੀ ਉਹ ਵਾਅਦੇ ਪੂਰੇ ਕਰ ਰਹੇ ਹੋ? ਤੁਸੀਂ ਹੁਣ ਭੁਲੱਥ ਛੱਡ ਕੇ ਬਠਿੰਡੇ ਦੇ ਵਿੱਚ ਆਏ ਹੋ, ਇਹਦੇ ਪਿੱਛੇ ਲੋੜ ਕੀ ਪੈ ਗਈ? ਪਹਿਲਾਂ ਭੁਲੱਥ ਦੇ ਲੋਕਾਂ ਨੂੰ ਉੱਤਰ ਦੇ ਕੇ ਆਓ। ਉਸ ਤੋਂ ਬਾਅਦ ਇੱਥੇ ਥੋੜ੍ਹਾ ਜਿਹਾ ਤਣਾਤਣੀ ਵਾਲਾ ਮਾਹੌਲ ਵੀ ਪੈਦਾ ਹੋਇਆ। ਨੌਜਵਾਨਾਂ ਨੇ ਇਹ ਗੱਲ ਕਹੀ ਕਿ ਤੁਸੀਂ ਸਾਰੇ ਹੀ ਇੱਕੋ ਜਿਹੇ ਹੋ, ਤੁਹਾਨੂੰ ਸਿਰਫ ਕੁਰਸੀਆਂ ਪਿਆਰੀਆਂ, ਤੁਹਾਡੀ ਰੋਟੀ ਚੱਲਦੀ ਰਹੇ, ਤੁਸੀਂ ਇਸ ਕਰਕੇ ਸਾਰੇ ਇੱਕ ਦੂਜੇ ਦੇ ਨਾਲ ਅੰਗਲੀ ਸੰਗਲੀ ਬਣਾ ਕੇ ਚੱਲਦੇ ਹੋ ਅਤੇ ਸਾਨੂੰ ਲੋਕਾਂ ਨੂੰ ਮੂਰਖ ਬਣਾਉਂਦੇ ਹੋ। ਸੁਖਪਾਲ ਸਿੰਘ ਖਹਿਰਾ ਉੱਥੋਂ ਮਾਹੌਲ ਵਿਗੜਦਾ ਵੇਖ ਕੇ ਨਿਕਲ ਗਏ, ਪਰ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਸਾਥੀ ਸੀ ਉਹਨਾਂ ਨੇ ਤਰਕ ਨਾਲ ਉੱਤਰ ਦੇਣ ਦੀ ਕੋਸ਼ਿਸ਼ ਕੀਤੀ, ਪਰ ਪੇਸ਼ ਉਹਨਾਂ ਦੀ ਵੀ ਨਹੀਂ ਝੱਲੀ। ਉਹਨਾਂ ਨੇ ਸਵਾਲ ਕੀਤਾ ਜਿਹੜੇ ਲੋਕ ਨੇ ਕਿ ਤੁਸੀਂ ਇਹ ਦੱਸੋ ਬਈ ਪੰਜਾਬ ਦੇ ਵਿੱਚ ਇਸ ਵਕਤ ਜੋ ਕੁਝ ਬਣਿਆ ਹੋਇਆ ਕਿੰਨੇ ਕੁ ਫਿਕਰਮੰਦ ਹੋ। ਇਹ ਵੀ ਗੱਲ ਕਹੀ ਹੈ ਕਿ ਜੇਕਰ ਸੁਖਪਾਲ ਖਹਿਰਾ ਹੋਰਾਂ ਨੂੰ ਜਾਂ ਤੁਹਾਨੂੰ ਆਪਣੇ ਆਪ 'ਤੇ ਇੰਨਾ ਮਾਣ ਹੈ ਤਾਂ ਫਿਰ ਤੁਸੀਂ ਇੱਕ ਸਤਰ ਦੇ ਵਿੱਚ ਅਸਤੀਫਾ ਲਿਖ ਕੇ ਦਿਓ ਅਤੇ ਦੁਬਾਰਾ ਚੋਣ ਲੜੋ, ਨਾਲੇ ਤੁਹਾਨੂੰ ਪਤਾ ਲੱਗ ਜੂ ਜਿੱਤਣ ਦੇ ਕਾਬਲ ਹੋ ਕੇ ਨਹੀਂ। ਇਹ ਵੀ ਗੱਲ ਕਹੀ ਹੈ ਵੀ ਤੁਸੀਂ ਲੋਕਾਂ ਨੂੰ ਗੁਬਰਾਹ ਕਰਨ ਆਏ ਹੋ, ਐਤਕੀ ਬਣਨਾ ਤੁਹਾਡਾ ਬਠਿੰਡੇ ਦੇ ਵਿੱਚ ਕੱਖ ਨਹੀਂ। ਇਹੋ ਜਿਹੇ ਸਵਾਲ ਹੈ ਜਿਹੜੇ ਸੁਖਪਾਲ ਸਿੰਘ ਖਹਿਰਾ ਨੂੰ ਸ਼ਾਇਦ ਆਪਣੇ ਰਾਜਨੀਤਿਕ ਸਫ਼ਰ ਦੇ ਵਿੱਚ ਪਹਿਲੀ ਵਾਰ ਸੁਣਨੇ ਪਏ ਆ। ਇਸੇ ਤਰੀਕੇ ਦੇ ਨਾਲ ਅੱਜ ਪ੍ਰੋਫੈਸਰ ਸਾਧੂ ਸਿੰਘ ਫਰੀਦਕੋਟ ਹਲਕੇ ਦੇ ਇੱਕ ਪਿੰਡ ਦੇ ਵਿੱਚ ਗਏ ਸੀ, ਉੱਥੇ ਲੋਕ ਪੈ ਨਿਕਲੇ, ਲੋਕਾਂ ਨੇ ਚਾਹ ਤਾਂ ਕੀ ਪਾਣੀ ਵੀ ਨਹੀਂ ਪੁੱਛਿਆ। ਲੋਕਾਂ ਨੇ ਕਿਹਾ 5 ਵਰੇ ਪਹਿਲਾਂ ਅਸੀਂ ਤੁਹਾਨੂੰ ਦੇਖਿਆ ਵੀ ਨਹੀਂ ਸੀ, ਪਰ ਲਹਿਰ ਸੀ, ਅਸੀਂ ਇਸ ਕਰਕੇ ਤੁਹਾਡੇ ਹੱਕ ਦੇ ਵਿੱਚ ਵੋਟਾਂ ਪਾਈਆਂ, ਤੁਸੀਂ ਸੰਸਦ ਮੈਂਬਰ ਬਣ ਕੇ ਇੱਕ ਵਾਰ ਵੀ ਸਾਡੇ ਪਿੰਡ ਦੇ ਵਿੱਚ ਨਹੀਂ ਆਏ, ਗ੍ਰਾਂਟ ਦੇਣੀ ਤਾਂ ਦੂਰ ਦੀ ਗੱਲ, ਹੁਣ 5 ਵਰਿਆਂ ਬਾਅਦ ਅਸੀਂ ਤੁਹਾਡਾ ਚਿਹਰਾ ਫੇਰ ਦੇਖ ਰਹੇ ਹਾਂ। ਅਤੇ ਲੋਕਾਂ ਨੇ ਉਹਨਾਂ ਨੂੰ ਵੀ ਬਰੰਗ ਚਿੱਠੀ ਵਾਂਗੂ ਵਾਪਸ ਭੇਜਤਾ। ਸਾਧੂ ਸਿੰਘ ਹੋਰਾਂ ਨੇ ਕਿਹਾ ਵੀ ਹਲਕਾ ਬਹੁਤ ਵੱਡਾ ਹੁੰਦਾ, ਇੱਕ MP ਹਰ ਪਿੰਡ ਦੇ ਵਿੱਚ ਜਾ ਨਹੀਂ ਸਕਦਾ, ਹਰ ਪਿੰਡ ਨੂੰ ਗ੍ਰਾਂਟ ਦਿੱਤੀ ਨਹੀਂ ਜਾ ਸਕਦੀ। ਇਸੇ ਤਰੀਕੇ ਨਾਲ ਜਸਵੀਰ ਸਿੰਘ ਡਿੰਪਾ ਨੂੰ ਲੋਕਾਂ ਨੇ ਸਵਾਲ ਕੀਤੇ ਆ ਵੀ ਤੁਸੀਂ ਦੱਸੋ ਵੀ ਨਸ਼ਾ ਖਤਮ ਹੋ ਗਿਆ, ਤੁਸੀਂ ਦੱਸੋ ਵੀ ਰੁਜ਼ਗਾਰ ਸਭ ਨੂੰ ਮਿਲ ਗਿਆ, ਤੁਸੀਂ ਦੱਸੋ ਵੀ ਬੇਰੁਜ਼ਗਾਰੀ ਪੱਤਾ ਸਭ ਨੂੰ ਮਿਲ ਰਿਹਾ, ਹੋ ਕੀ ਰਿਹਾ ਪੰਜਾਬ ਦੇ ਵਿੱਚ? ਉਹਨਾਂ ਨੇ ਉਸ ਮੁੰਡੇ ਦੇ ਕੋਲੋਂ ਮਾਈਕ ਫੜ ਲਿਆ ਜਿਹੜਾ ਮਾਈਕ ਫੜ ਕੇ ਇਹ ਸਵਾਲ ਕਰ ਰਿਹਾ ਸੀ। ਇਸੇ ਤਰੀਕੇ ਦੇ ਨਾਲ ਰਾਜਾ ਵੜਿੰਗ ਹੋਰੀਆਂ ਜਿਹੜੇ ਉਹਨਾਂ ਨੂੰ ਨੌਜਵਾਨ ਲਗਾਤਾਰ ਪੈ ਰਹੇ ਆ ਵੀ ਤੁਸੀਂ ਇਹ ਦੱਸੋ ਵੀ ਕਰਦੇ ਕੀ ਹੋ। ਕਦੇ ਤੁਸੀਂ ਕਹਿ ਦਿੰਦੇ ਹੋ ਵੀ ਭਾਈ ਪੰਜਾਬ ਦੇ ਵਿੱਚ ਵਿਕਾਸ ਦੀ ਨੇਰੀ ਚੱਲ ਪਈ, ਕਦੇ ਕੁਛ ਕਹਿੰਦੇ ਹੋ, ਸਾਡਾ ਕਸੂਰ
ਉਹ ਉੱਤਰ ਨਹੀਂ ਸੀ ਤਰਕ ਦੇ ਨਾਲ ਦੇ ਸਕੇ। ਬੀਬੀ ਪ੍ਰਨੀਤ ਕੌਰ ਦੀਆਂ ਅੱਜ ਮੈਂ ਫੋਟੋਆਂ ਦੇਖੀਆਂ, ਇੱਕ ਥਾਂ ਦੇ ਉੱਤੇ ਉਹ ਇਕੱਠ ਨੂੰ ਸੰਬੋਧਨ ਕਰਨ ਆਏ ਆ, ਆਲੇ ਦੁਆਲੇ ਉਹਨਾਂ ਦੇ ਸੁਰੱਖਿਆ ਕਰਮਚਾਰੀਆਂ ਦਾ ਝੁਰਮਟ ਪਿਆ ਹੋਇਆ ਵੀ ਕੋਈ ਇੱਧਰ ਨਹੀਂ ਆ ਨਾ ਜਾਵੇ, ਕੋਈ ਸਟੇਜ ਦੇ ਉੱਤੇ ਚੜ੍ਹ ਨਾ ਸਕੇ। ਜ਼ਰਾ ਸੋਚ ਕੇ ਦੇਖੋ ਕਿ ਜੇਕਰ ਅੱਜ ਦੀ ਤਰੀਕ ਦੇ ਵਿੱਚ ਕੋਈ ਤੁਹਾਨੂੰ ਆਪਣੇ ਨੇੜੇ ਹੋ ਕੇ ਸਵਾਲ ਕਰਨ ਦੀ ਆਗਿਆ ਨਹੀਂ ਦਿੰਦਾ, ਆਲੇ ਦੁਆਲੇ ਸੁਰੱਖਿਆ ਕਰਮਚਾਰੀ ਇੰਨੀ ਸਖਤ ਜਿਹੜੇ ਪਹਿਰੇ ਦੇ ਵਿੱਚ ਹੈ, ਤਾਂ ਜਿੱਤਣ ਤੋਂ ਬਾਅਦ ਤੁਹਾਡੀ ਕਿਹਨੇ ਬਾਤ ਪੁੱਛਣੀ ਹੈ, ਤੁਹਾਨੂੰ ਕਿਹੜੇ ਨੇੜੇ ਢੁੱਕਣ ਦੇਣਾ। ਇਸ ਕਰਕੇ ਲੋਕਾਂ ਦੇ ਹੱਥ ਦੇ ਵਿੱਚ ਹਾਲੇ ਬਹੁਤ ਕੁਝ ਹੈ। ਲੋਕ ਵੱਧ ਤੋਂ ਵੱਧ ਸਵਾਲ ਪੁੱਛਣ, ਆਪਣੇ ਮੁੱਦੇ ਚੁੱਕਣ, ਬਾਅਦ ਦੇ ਵਿੱਚ ਝੁਰਨ ਦੇ ਨਾਲੋਂ ਜੇਕਰ ਅੱਜ ਅਸੀਂ ਕੋਈ ਨਾ ਕੋਈ ਤਕੜਾ ਫੈਸਲਾ ਕਰੀਏ, ਤਕੜੇ ਸਵਾਲ ਕਰੀਏ, ਤਾਂ ਸ਼ਾਇਦ ਸਾਡੇ ਹਲਕੇ ਦਾ ਕੁਝ ਬਣ ਜੇ, ਸ਼ਾਇਦ ਸਾਡੇ ਭਵਿੱਖ ਦੇ ਬਾਰੇ ਇਹ ਲੋਕ ਮਜਬੂਰੀ ਦੇ ਵਿੱਚ ਕੁਝ ਨਾ ਕੁਝ ਸੋਚ ਲੈਣ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਣੇ ਛੋਟੀ ਜਿਹੀ ਬ੍ਰੇਕ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਸੰਨੀ ਦਿਓਲ ਦੇ ਮਾਮਲੇ ਦੇ ਉੱਤੇ ਭਾਜਪਾ ਦੇ ਵੱਲੋਂ ਚੋਣ ਕਮਿਸ਼ਨ ਨੂੰ ਇਹ ਅਪੀਲ ਕੀਤੀ ਗਈ ਸੀ, ਬੇਨਤੀ ਕੀਤੀ ਗਈ ਸੀ ਕਿ ਉਹਨਾਂ ਦਾ ਨਾਂ ਹੈਗਾ ਅਜੇ ਸਿੰਘ ਧਰਮਿੰਦਰ ਦਿਓਲ ਜਾਂ ਅਜੇ ਸਿੰਘ ਦਿਓਲ ਕਹਿ ਲਓ, ਉਹਨਾਂ ਦਾ ਨਾਂ ਜਿਹੜਾ ਅਸਲ ਦੇ ਵਿੱਚ ਪ੍ਰਵਾਨਿਤ ਹੈ ਸੰਨੀ ਦਿਓਲ, ਸੰਨੀ ਦਿਓਲ ਨਾ ਹੀ ਵੋਟਿੰਗ ਮਸ਼ੀਨ ਦੇ ਉੱਤੇ ਲਿਖਿਆ ਜਾਵੇ ਤਾਂ ਜੋ ਵੋਟਰਾਂ ਨੂੰ ਕੋਈ ਭੁਲੇਖਾ ਨਾ ਪਵੇ, ਇਹ ਨਾ ਹੋਵੇ ਕਿ 19 ਤਰੀਕ ਨੂੰ ਲੋਕ ਵੋਟ ਪਾਉਣ ਜਾਣ ਅਤੇ ਇਹ ਸੋਚਦੇ ਰਹਿਣ ਵੀ ਇਹ ਅਜੇ ਕਿਹੜਾ ਆ ਗਿਆ, ਕਮਲ ਦਾ ਫੁੱਲ ਵੀ ਬਣਿਆ ਇੱਕ ਪਾਸੇ ਅਤੇ ਮੂਹਰੇ ਅਜੇ ਲਿਖਿਆ ਅਤੇ ਸੰਨੀ ਦਿਓਲ ਤਾਂ ਇਹਦੇ ਵਿੱਚ ਹੈ ਕੋਈ ਨਹੀਂ। ਅਤੇ ਚੋਣ ਕਮਿਸ਼ਨ ਨੇ ਇਸ ਗੱਲ ਨੂੰ ਮੰਨ ਲਿਆ, ਸੰਨੀ ਦਿਓਲ ਦੀ ਫੋਟੋ ਤਾਂ ਹੋਣੀ ਆ, ਨਾਲ ਸੰਨੀ ਦਿਓਲ ਦਾ ਨਾਂ ਵੀ ਹੋਊਗਾ ਅਤੇ ਫਿਰ ਉੱਥੇ ਕਮਲ ਦੇ ਫੁੱਲ ਦਾ ਨਿਸ਼ਾਨ ਵੀ ਹੋਣਾ। ਬਟਨ ਕਿਹਨੇ ਦਬਾਉਣਾ, ਕਿਹਨੇ ਨਹੀਂ ਦਬਾਉਣਾ, ਇਹ ਉਹਦੀ ਮਰਜ਼ੀ ਆ। ਪਰ ਮੈਂ ਐਤਕੀ ਚੋਣ ਕਮਿਸ਼ਨ ਦੇ ਵੱਲੋਂ ਜੋ ਪਾਰਦਰਸ਼ਤਾ ਤੋਂ ਸੱਖਣੀਆਂ ਗੱਲਾਂ ਕੀਤੀਆਂ ਜਾ ਰਹੀਆਂ ਉਹਦੇ ਉੱਤੇ ਹੈਰਾਨ ਬਹੁਤ ਆ। ਇੱਕ ਪਾਸੇ ਤੇਜ ਬਹਾਦਰ ਯਾਦਵ ਦੇ ਕਾਗਜ਼ ਰੱਦ ਕਰ ਦਿੱਤੇ ਗਏ, ਦੂਜੇ ਪਾਸੇ ਕਈ ਨੇਤਾਵਾਂ ਨੂੰ ਕਿਸੇ ਦੇ ਉੱਤੇ 72 ਘੰਟੇ, ਕਿਸੇ ਦੇ ਉੱਤੇ 48 ਘੰਟੇ, ਕਿਸੇ ਦੇ ਉੱਤੇ 36 ਘੰਟੇ ਦੀ ਪਾਬੰਦੀ ਲੱਗੀ ਕਿ ਇਹ ਫਿਰਕਾ ਪ੍ਰਸਤੀ ਵਾਲੀਆਂ ਗੱਲਾਂ ਕਰਦੇ ਆ, ਇਹ ਇੱਕ ਧਰਮ ਵਿਸ਼ੇਸ਼ ਦੀਆਂ ਗੱਲਾਂ ਕਰਦੇ ਆ। ਪਰ ਜਦੋਂ ਮੋਦੀ ਸਾਹਿਬ ਵਾਰਾਣਸੀ ਦੇ ਵਿੱਚ ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਬਹੁਤ ਵੱਡਾ ਰੋਡ ਸ਼ੋਅ ਕਰਦੇ ਜਿਹਦੇ ਉੱਤੇ ਕਰੋੜਾਂ ਰੁਪਈਆ ਖਰਚਿਆ ਗਿਆ, ਉਦੋਂ ਚੋਣ ਕਮਿਸ਼ਨ ਅੱਖਾਂ ਬੰਦ ਕਰਕੇ ਬੈਠਾ ਰਹਿੰਦਾ, ਉਦੋਂ ਭੁੱਲ ਹੀ ਜਾਂਦਾ ਵੀ 70 ਲੱਖ ਰੁਪਈਏ ਦੇ ਵਿੱਚ ਕੁੱਲ ਇਹ ਚੋਣ ਲੜਨੀ ਆ, ਇੰਨੀ ਕੁ ਅਸੀਂ ਰਾਸ਼ੀ ਤੈਅ ਕੀਤੀ ਹੈ। ਜਦੋਂ ਮੋਦੀ ਸਾਹਿਬ ਅਤੇ ਅਮਿਤ ਸ਼ਾਹ ਹੋਰੀ ਵੱਖ ਵੱਖ ਥਾਵਾਂ ਦੇ ਉੱਤੇ ਜਾ ਕੇ ਪੁਲਵਾਮਾ ਦੇ ਸ਼ਹੀਦਾਂ ਦੇ ਨਾਂ ਦੇ ਉੱਤੇ ਵੋਟਾਂ ਮੰਗਦੇ ਆ, ਜਦੋਂ ਬਾਲਾਕੋਟ ਦੀ ਏਅਰ ਸਟ੍ਰਾਈਕ ਦੇ ਨਾਂ ਦੇ ਉੱਤੇ ਵੋਟਾਂ ਮੰਗਦੇ ਆ, ਉਦੋਂ ਚੋਣ ਕਮਿਸ਼ਨ ਦੇ ਅਧਿਕਾਰੀ ਅੱਖਾਂ ਬੰਦ ਕਰ ਲੈਂਦੇ ਵੀ ਸਾਨੂੰ ਤਾਂ ਪਤਾ ਹੀ ਕੁਝ ਨਹੀਂ ਗਾ। ਇਸ ਕਰਕੇ ਹੁਣ ਆਪਾਂ ਜਾਣਦੇ ਵੀ ਜਿਹੜੀ ਕਾਂਗਰਸ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਇੱਕ ਅਰਜ਼ੀ ਦਿੱਤੀ ਗਈ ਸੀ ਕਿ ਮੋਦੀ ਅਤੇ ਅਮਿਤ ਸ਼ਾਹ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੁੰਦੀ, ਉਹਨਾਂ ਨੇ ਕਿੰਨਾ ਕੁਝ ਬੋਲਿਆ ਵੱਖ ਵੱਖ ਥਾਵਾਂ ਦੇ ਉੱਤੇ, ਵੀਡੀਓ ਵੀ ਪੇਸ਼ ਕੀਤੀਆਂ, ਤਾਂ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਕਿਹਾ ਕਿ 6 ਮਈ ਤੱਕ ਇਹਨਾਂ ਸਾਰੇ ਮਾਮਲਿਆਂ ਦਾ ਨਿਪਟਾਰਾ ਹੋਣਾ ਚਾਹੀਦਾ। ਨਿਪਟਾਰਾ ਕੀ ਹੋਣਾ ਉਹਦੇ ਬਾਬਤ ਅੰਦਾਜ਼ਾ ਲਾਉਣਾ ਔਖਾ ਨਹੀਂ ਹੈ, ਪਰ ਸੰਨੀ ਦਿਓਲ ਦੇ ਬਾਬਤ ਕਈ ਕਿਸਮ ਦੀਆਂ ਖਬਰਾਂ ਆਈਆਂ। ਅੱਜ ਇੱਕ ਕਾਂਗਰਸੀ ਨੇਤਾ ਨੇ ਕਿਹਾ ਵੀ ਭਾਵੇਂ ਸੰਨੀ ਦਿਓਲ ਦੀ ਥਾਂ ਦੇ ਉੱਤੇ ਸੰਨੀ ਲਿਓਨ ਹੋਵੇ, ਅਸੀਂ ਤਾਂ ਵੀ ਨਹੀਂ ਡਰਦੇ, ਉਹਦੇ ਨਾਲ ਫਰਕ ਕੀ ਪੈਂਦਾ। ਯਾਨੀ ਕਿ ਵੱਖ ਵੱਖ ਥਾਵਾਂ ਦੇ ਉੱਤੇ ਵੱਖੋ ਵੱਖਰੀ ਪ੍ਰਤੀਕਿਰਿਆ ਆ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਵੀ ਸੰਨੀ ਦਿਓਲ ਆ ਜਿਹੜਾ ਇਹ ਬਾਰਡਰ ਫਿਲਮ ਦੇ ਵਿੱਚ ਫੌਜੀ ਬਣਿਆ, ਪਰ ਇਹ ਨਕਲੀ ਫੌਜੀ ਹੈ, ਮੈਂ ਜ਼ਿੰਦਗੀ ਦੇ ਵਿੱਚ ਅਸਲੀ ਫੌਜੀ ਰਿਹਾ, ਮੈਨੂੰ ਪਤਾ ਵੀ ਬਾਰਡਰ ਖੇਤਰ ਦੇ ਲੋਕਾਂ ਦਾ ਕੰਮ ਕੀ ਹੈ, ਮੈਨੂੰ ਪਤਾ ਸਰਹੱਦੀ ਖੇਤਰ ਦੇ ਲੋਕ ਵੱਸਦੇ ਕਿਵੇਂ ਆ, ਮੁੱਢਲੀਆਂ ਸਹੂਲਤਾਂ ਦੀ ਲੋੜ ਉਹਨਾਂ ਨੂੰ ਕਿਵੇਂ ਸਤਾ ਰਹੀ ਆ। ਇਹ ਗੱਲ ਸੱਚੀ ਹੈ ਵੀ ਸਾਰੀਆਂ ਹੀ ਪਾਰਟੀਆਂ 19-21 ਫਰਕ ਨਾਲ ਇੱਕੋ ਜਿਹੀਆਂ, ਪਰ ਕੌਣ ਜਿੱਤੂਗਾ ਗੁਰਦਾਸਪੁਰ ਤੋਂ ਕੁਝ ਕਹਿ ਨਹੀਂ ਸਕਦੇ। ਪਰ ਜਿਹੜੀਆਂ ਖਬਰਾਂ ਸੰਨੀ ਦੇ ਮੁਤਲਕ ਸਾਡੇ ਤੱਕ ਅਪੜੀਆਂ, ਪਹਿਲਾਂ ਉਹਨਾਂ ਦਾ ਵੇਰਵਾ ਸਾਂਝਾ ਕਰਦੇ ਹਾਂ, ਬਾਅਦ ਵਿੱਚ ਕਰਾਂਗੇ ਟਿੱਪਣੀ। ਗੁਰਦਾਸਪੁਰ ਸੰਸਦੀ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਅਜੇ ਸਿੰਘ ਧਰਮਿੰਦਰ ਦਿਓਲ ਉਰਫ ਸੰਨੀ ਦਿਓਲ ਦੀ ਸੁਰੱਖਿਆ ਦੇ ਵਿੱਚ ਚੋਖਾ ਵਾਧਾ ਕਰ ਦਿੱਤਾ ਗਿਆ। ਬੇਹੱਦ ਮੁਸਤੈਦ ਮੰਨੀ ਜਾਂਦੀ ਸਵੈਟ ਕਮਾਂਡੋ ਦੀਆਂ 2 ਟੀਮਾਂ ਸੰਨੀ ਦਿਓਲ ਦੀ ਸੁਰੱਖਿਆ ਦੇ ਵਿੱਚ ਤਾਇਨਾਤ ਕਰ ਦਿੱਤੀਆਂ ਗਈਆਂ ਨੇ। ਵੀਰਵਾਰ ਨੂੰ ਗੁਰਦਾਸਪੁਰ ਦੇ ਵਿੱਚ ਰੋਡ ਸ਼ੋਅ ਦੇ ਮੌਕੇ ਸੰਨੀ ਦਿਓਲ ਦੇ ਵੱਲ ਸ਼ਰਾਰਤੀਆਂ ਵੱਲੋਂ ਕੁਝ ਸੁੱਟੇ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ, ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਅਹਿਤਿਆਤ ਦੇ ਤੌਰ ਦੇ ਉੱਤੇ ਸੰਨੀ ਦਿਓਲ ਦੀ ਸੁਰੱਖਿਆ ਵਿੱਚ ਸਵੈਟ ਕਮਾਂਡੋ ਦੀਆਂ ਟੀਮਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਗੁਰਦਾਸਪੁਰ ਦੇ ਚੋਣ ਮੈਦਾਨ ਦੇ ਵਿੱਚ ਨਿਤਰੇ ਸੰਨੀ ਦਿਓਲ ਵੱਲੋਂ ਜ਼ੋਰ ਸ਼ੋਰ ਨਾਲ ਰੈਲੀਆਂ ਕਰਕੇ ਪ੍ਰਚਾਰ ਕੀਤਾ ਜਾ ਰਿਹਾ। ਅੱਜ ਸੰਨੀ ਦਿਓਲ ਦੇ ਵੱਲੋਂ ਪਠਾਨਕੋਟ ਦੇ ਵਿੱਚ ਸਵੈਟ ਕਮਾਂਡੋ ਦੇ ਘੇਰੇ ਵਿੱਚ ਰੈਲੀ ਕੀਤੀ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਸੰਨੀ ਦਿਓਲ ਦੀ ਸੁਰੱਖਿਆ ਦੇ ਮੱਦੇਨਜ਼ਰ ਹੀ ਅਸੀਂ ਇਹ ਫੈਸਲਾ ਕੀਤਾ। ਇਸ ਖਬਰ ਦੇ ਉੱਤੇ ਟਿੱਪਣੀ ਕਰ ਲੈਣ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਦੋਂ ਸਾਡੇ ਰਾਜਨੀਤਿਕ ਲੋਕ, ਅਸੀਂ ਹੁਣ ਸੰਨੀ ਦਿਓਲ ਨੂੰ ਵੀ ਰਾਜਨੀਤਿਕ ਵਿਅਕਤੀ ਕਹਿੰਦੇ ਹਾਂ ਕਿਉਂਕਿ ਉਹ ਚੋਣ ਲੜ ਰਹੇ ਆ, ਜਦੋਂ ਸਾਡੇ ਰਾਜਨੀਤਿਕ ਲੋਕ ਚੋਣਾਂ ਤੋਂ ਪਹਿਲਾਂ ਇੰਨੀ ਤਕੜੀ ਸੁਰੱਖਿਆ ਦੇ ਵਿੱਚ ਰਹਿੰਦੇ ਆ, ਹੁਣ ਸੰਨੀ ਦਿਓਲ ਦੇ ਕੋਲ ਕੋਈ ਜਾ ਕੇ ਫੋਟੋ ਨਹੀਂ ਖਿਚਾ ਸਕੂਗਾ, ਕੋਈ ਮਿਲ ਨਹੀਂ ਸਕੂਗਾ, ਦੂਰੋਂ ਦੂਰੋਂ ਉਹਨੂੰ ਦੇਖ ਸਕੂਗਾ ਅਤੇ ਉਹ ਲੋਕਾਂ ਨੂੰ ਸੰਬੋਧਨ ਕਰਨਗੇ ਕਿਉਂਕਿ ਸੁਰੱਖਿਆ ਇੰਨੀ ਸਖਤ ਕਰ ਦਿੱਤੀ ਗਈ ਹੈ। ਜੇਕਰ ਕੋਈ ਨੇੜੇ ਜਾਊਗਾ ਤਾਂ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦਾ ਆਗੂ ਸਮਰਥਕ ਜਾ ਸਕਦਾ ਜਿਹੜਾ ਬਹੁਤ ਕਰੀਬੀ ਹੋਵੇ, ਨਹੀਂ ਤਾਂ ਉਹਦਾ ਕੰਮ ਮੁਸ਼ਕਲ ਹੈ। ਜਦੋਂ ਜਿੱਤੇ ਤੋਂ ਬਿਨਾਂ ਤੁਹਾਨੂੰ ਇੰਨੀ ਸੁਰੱਖਿਆ ਚਾਹੀਦੀ ਹੈ ਤਾਂ ਜਿੱਤਣ ਤੋਂ ਬਾਅਦ ਲੋਕਾਂ ਨੂੰ ਸੋਚਣਾ ਚਾਹੀਦਾ
ਅਤੇ ਸੁਨੀਲ ਜਾਖੜ ਵੀ 2 ਵਾਰੇ ਪਹਿਲਾਂ ਬਾਹਰੀ ਸੀ, ਪਰ ਸੁਨੀਲ ਜਾਖੜ ਇੱਥੇ ਰਹਿ ਕੇ ਲੋਕਾਂ ਦੇ ਲਈ ਬਹੁਤਾ ਕੁਝ ਨਹੀਂ ਕਰ ਸਕੇ ਅਤੇ ਸੰਨੀ ਦਿਓਲ ਬਾਹਰੋਂ ਆ ਕੇ ਕਿਵੇਂ ਕਰਨਗੇ, ਇਹਦੇ ਬਾਬਤ ਜਵਾਬ ਦੇਣਾ ਚਾਹੀਦਾ। ਪਰ ਕਈ ਲੋਕਾਂ ਨੇ ਕਿਹਾ ਵੀ ਸੰਨੀ ਦਿਓਲ ਨੇ ਕਮਾਲ ਕਰ ਦੇਣੀ ਆ, ਸੰਨੀ ਦਿਓਲ 3 ਲੱਖ ਦੇ ਫਰਕ ਨਾਲ ਜਿੱਤੂ, ਸੰਨੀ ਦਿਓਲ 2.5 ਲੱਖ ਦੇ ਫਰਕ ਨਾਲ ਜਿੱਤੂ। ਮੈਂ ਉਹਨਾਂ ਨੂੰ ਬੇਨਤੀ ਕੀਤੀ ਮੇਰੇ ਵੱਲੋਂ 5 ਲੱਖ ਦੇ ਫਰਕ ਨਾਲ ਜਿੱਤੇ, ਮੈਨੂੰ ਕੋਈ ਇਤਰਾਜ਼ ਨਹੀਂ, ਮੇਰਾ ਉਹ ਕੋਈ ਮੁਕਾਬਲੇਬਾਜ਼ ਨਹੀਂ, ਮੈਂ ਉਹਦਾ ਕੋਈ ਨੁਕਸਾਨ ਨਹੀਂ ਕਰਨਾ ਚਾਹੁੰਦਾ, ਨਾ ਹੀ ਅਸੀਂ ਉਹਦਾ ਕੋਈ ਨੁਕਸਾਨ ਕਰਨ ਦੇ ਸਮਰੱਥ ਹਾਂ। ਉਹ ਬਹੁਤ ਵੱਡਾ ਸਿਤਾਰਾ, ਪਰ ਉਹ ਫਿਲਮੀ ਖੇਤਰ ਦਾ ਸਿਤਾਰਾ, ਉਹ ਲੋਕਾਂ ਦਾ ਅਸਲ ਨਾਇਕ ਨਹੀਂ ਆ। ਜੇਕਰ ਤੁਹਾਨੂੰ ਇਹ ਲੱਗਦਾ ਵੀ ਸੰਨੀ ਦਿਓਲ ਨੇ ਕੋਈ ਚਮਤਕਾਰ ਕਰ ਦੇਣਾ, ਪਹਿਲਾਂ ਉਹਨਾਂ ਦੇ ਪਾਪੇ ਦਾ ਚਮਤਕਾਰ ਦੇਖ ਲਵੋ। ਬੀਕਾਨੇਰ ਦੇ ਵਿੱਚ ਲੋਕ ਹਾਲੇ ਵੀ ਤਰ੍ਹਾਂ ਤਰ੍ਹਾਂ ਕਰਦੇ ਆ ਕਿ ਧਰਮਿੰਦਰ ਨੇ ਕੁਝ ਨਹੀਂ ਕੀਤਾ ਸੰਸਦ ਮੈਂਬਰ ਬਣ ਕੇ। ਹੇਮਾ ਮਾਲਿਨੀ ਨੇ ਮਥੁਰਾ ਤੋਂ ਸੰਸਦ ਮੈਂਬਰ ਬਣ ਕੇ ਲੋਕਾਂ ਨੂੰ ਕਿੰਨੀ ਕੁ ਵਾਰ ਮੂੰਹ ਦਿਖਾਇਆ, ਇਹ ਮਥੁਰਾ ਦੇ ਵਿੱਚ ਵੱਸਦੇ ਲੋਕ ਆ ਜਿਹੜੇ ਉਹ ਚੰਗੀ ਤਰ੍ਹਾਂ ਦੱਸ ਸਕਦੇ ਆ। ਸੋ ਸੰਨੀ ਦਿਓਲ ਦਾ ਪ੍ਰਭਾਵ ਕਬੂਲ ਕੇ ਇੱਦਾਂ ਕਹਿਣਾ ਵੀ ਕਮਾਲਾਂ ਹੋ ਜਾਣੀਆਂ, ਸਿਰਾ ਲੱਗ ਜਾਓ, ਤੁਸੀਂ ਫਿਲਮਾਂ ਦੇਖ ਲਵੋ, ਜੇਕਰ ਕਮਾਲਾਂ ਹੀ ਚਾਹੁੰਦੇ ਆ ਫਿਰ ਵੋਟਾਂ ਪਾਉਣ ਦੀ ਕੀ ਲੋੜ ਆ। ਸੋ ਇਸ ਕਰਕੇ ਜੇਕਰ ਸੰਨੀ ਦਿਓਲ ਵੀ ਆਉਂਦਾ ਤੁਹਾਡੇ ਕੋਲ, ਜੇਕਰ ਤੁਹਾਡੇ ਕੋਲ ਸੁਨੀਲ ਜਾਖੜ ਵੀ ਆਉਂਦਾ ਵੋਟਾਂ ਮੰਗਣ, ਤਾਂ ਤਰਕ ਦੇ ਨਾਲ ਉਹਨਾਂ ਦੇ ਕੋਲੋਂ ਜਵਾਬ ਮੰਗੋ। ਇੱਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਕਿ ਤਰਕ ਤੋਂ ਸੱਖਣੀਆਂ ਹੋਣ। ਅਤੇ ਇਸੇ ਤਰੀਕੇ ਦੇ ਨਾਲ ਅੱਜ ਕੁਝ ਕੁ ਕਾਂਗਰਸੀਆਂ ਦੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਤੰਤਰ ਦੇ ਕੋਲ ਸ਼ਿਕਾਇਤ ਕੀਤੀ ਗਈ ਹੈ ਕਿ ਸੰਨੀ ਦਿਓਲ ਨੇ ਲੰਘੇ ਕੱਲ੍ਹ ਜਿਹੜਾ ਰੋਡ ਸ਼ੋਅ ਕੀਤਾ ਸੀ ਟਰੱਕ ਦੇ ਉੱਤੇ ਬੈਠ ਕੇ, ਉਸ ਟਰੱਕ ਦੇ ਐਨ ਸਿਖਰ ਦੇ ਉੱਤੇ ਮੱਥੇ ਦੇ ਉੱਤੇ ਸ਼ਿਵਜੀ ਭਗਵਾਨ ਦੀ ਫੋਟੋ ਲੱਗੀ ਸੀ। ਸੰਨੀ ਦਿਓਲ ਉਸ ਫੋਟੋ ਦੇ ਉੱਤੇ ਬੈਠੇ ਆ ਅਤੇ ਜੁੱਤੀ ਉਹਨਾਂ ਨੇ ਪਾਈ ਹੋਈ ਆ, ਉਹਨਾਂ ਨੇ ਧਾਰਮਿਕ ਭਾਵਨਾਵਾਂ ਨੂੰ ਭੜਕਾਇਆ। ਇਸ ਕਰਕੇ ਸੰਨੀ ਦਿਓਲ ਦੇ ਖਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਪਰਚਾ ਦਰਜ ਹੋਣਾ ਚਾਹੀਦਾ। ਉਹਨੇ ਜੁੱਤੀ ਪਾਈ ਹੈ, ਸਾਡੀਆਂ ਸਭ ਦੀਆਂ ਭਾਵਨਾਵਾਂ ਦੇ ਉੱਤੇ ਸੱਟ ਮਾਰੀ ਹੈ। ਅਤੇ ਕੁਝ ਕੁ ਲੋਕਾਂ ਨੇ ਅੱਜ ਗੁਰਦਾਸਪੁਰ ਅਤੇ ਪਠਾਨਕੋਟ ਦੇ ਵਿੱਚ ਸੰਨੀ ਦਿਓਲ ਦੇ ਪੁਤਲੇ ਵੀ ਫੂਕੇ ਆ। ਯਾਨੀ ਕਿ ਸੰਨੀ ਨੇ ਇੱਕ ਵਾਰੀ ਮਾਹੌਲ ਇਹੋ ਜਿਹਾ ਕ੍ਰੀਏਟ ਕਰ ਦਿੱਤਾ, ਇਹੋ ਜਿਹਾ ਬਣਾ ਦਿੱਤਾ ਜਿਹਦੇ ਕਰਕੇ ਖਬਰਾਂ ਹਰ ਰੋਜ਼ ਉਹਦੇ ਮੁਤਲਕ ਆਉਂਦੀਆਂ। ਪਰ ਇਸ ਰਣ ਭੂਮੀ ਦੇ ਵਿੱਚ ਜਿੱਤਣਾ ਕੀ ਨਹੀਂ ਹੈ, ਹਾਰਨਾ ਕੀ ਨਹੀਂ ਹੈ, ਇਹ ਲੋਕਾਂ ਦੇ ਉੱਤੇ ਨਿਰਭਰ ਕਰਦਾ ਕਿਹਨੂੰ ਕਿਹਨੂੰ ਵੋਟਾਂ ਪਾਉਣੀਆਂ। ਜੇ ਤਾਂ ਤੁਸੀਂ ਕਲਾਕਾਰ ਦੇ ਤੌਰ 'ਤੇ ਪਾਉਣੀਆਂ ਜਿਹਨੂੰ ਮਰਜ਼ੀ ਪਾ ਦਿਓ, ਪਰ ਤੁਸੀਂ ਉਹਨੂੰ ਵੋਟਾਂ ਪਾਓ ਜਿਹਦੇ ਤੱਕ ਤੁਹਾਡੀ ਪਹੁੰਚ ਹੋਵੇ। 99.9% ਵੋਟਰਾਂ ਨੂੰ ਇਹ ਨਹੀਂ ਪਤਾ ਹੋਣਾ ਕਿ ਸੰਨੀ ਦਿਓਲ ਦਾ ਬੰਬੇ ਵਾਲਾ ਐਡਰੈਸ ਕਿਹੜਾ। ਅਤੇ ਜੇਕਰ ਅਸੀਂ ਕਹੀਏ ਵੀ ਸੁਨੀਲ ਜਾਖੜ ਦੀ, ਸੁਨੀਲ ਜਾਖੜ ਨੂੰ ਵੀ ਪੁੱਛੋ ਬਈ ਤੁਸੀਂ 2 ਵਾਰਿਆਂ ਦੇ ਵਿੱਚ ਕੀਤਾ ਕੀ ਹੈ, ਜਿਹੜਾ ਕੁਝ ਨਹੀਂ ਕੀਤਾ ਉਹ ਕਿਉਂ ਨਹੀਂ ਕੀਤਾ, ਜੋ ਕੋਈ ਤੁਸੀਂ ਕਰਨ ਦਾ ਵਾਅਦਾ ਕਰਦੇ ਹੋ ਤੁਹਾਡੇ ਕੋਲ ਬਜਟ ਕੀ ਹੈ ਅਤੇ ਕਿੰਨੀ ਦੇਰ ਦੇ ਵਿੱਚ ਹੋਊਗਾ। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੇ ਕੁਮਾਰ ਦੀ ਦੇਸ਼ ਭਗਤੀ ਦੇ ਉੱਤੇ, ਵਤਨ ਪ੍ਰਸਤੀ ਦੇ ਉੱਤੇ ਕਈ ਕਿਸਮ ਦੇ ਸਵਾਲ ਖੜ੍ਹੇ ਹੋਏ। ਇਹ ਸਵਾਲ ਇਸ ਕਰਕੇ ਹੋਏ ਕਿਉਂਕਿ ਅਕਸ਼ੇ ਕੁਮਾਰ ਨੇ ਜਿਹੜੀ ਪ੍ਰਧਾਨ ਮੰਤਰੀ ਦੀ ਇੰਟਰਵਿਊ ਕੀਤੀ ਆ ਉਹਦਾ ਮਜ਼ਾਕ ਖਾਸਾ ਉੱਡਿਆ। ਲੋਕਾਂ ਨੇ ਗੱਲ ਕਹੀ ਆ ਵੀ ਪਹਿਲਾ ਕਲਾਕਾਰ ਦੇਖਿਆ ਜਿਹੜਾ ਮੋਦੀ ਸਾਹਿਬ ਨੂੰ ਇਹ ਸਵਾਲ ਪੁੱਛਦਾ ਵੀ ਅੰਬ ਕਿਵੇਂ ਖਾਂਦੇ ਹੋ, ਅੰਬ ਕਿੰਨੇ ਕੁ ਪਸੰਦ ਆ, ਸੌਂਦੇ ਕਿੰਨੇ ਕੁ ਵਜੇ ਹੋ, ਉੱਠਦੇ ਕਿੰਨੇ ਕੁ ਵਜੇ ਹੋ, ਕੁੜਤਾ ਕਿੱਥੋਂ ਲੈਂਦੇ ਹੋ, ਆਹ ਕਿੱਥੇ ਖਾਂਦੇ ਹੋ, ਉਹ ਕਿੱਥੇ ਖਾਂਦੇ ਹੋ। ਇਹੋ ਜਿਹਾ ਕ੍ਰਾਂਤੀਕਾਰੀ ਪੇਸ਼ ਕੀਤਾ ਮੋਦੀ ਸਾਹਿਬ ਨੂੰ ਅਤੇ ਉਹ ਵੀ ਖਿੜ ਖਿੜ ਕੇ ਹੱਸਦੇ ਰਹੇ ਅਤੇ ਕਮਾਲ ਦੀਆਂ ਗੱਲਾਂ ਹੋ ਗਈਆਂ। ਲੋਕਾਂ ਨੇ ਗੱਲ ਕਹੀ ਵੀ ਭਾਵੇਂ ਨੌਨ ਪੋਲੀਟੀਕਲ ਇੰਟਰਵਿਊ ਸੀ ਪਰ ਫਿਰ ਵੀ ਤਰਕ ਦੇ ਨਾਲ ਕੋਈ ਵਾਜਬ ਸਵਾਲ ਤਾਂ ਕਰਨਾ ਚਾਹੀਦਾ ਸੀ। ਹੁਣ ਨਵੀਂ ਗੱਲ ਇਹ ਆ ਵੀ ਜਦੋਂ ਲੋਕਾਂ ਨੇ ਸਵਾਲ ਕੀਤਾ ਕਿ ਭਾਈ ਬੇਸ਼ੱਕ ਵੋਟ ਟਵਿੰਕਲ ਖੰਨਾ ਨੇ ਪਾਈ ਆ, ਜਿਹਨੂੰ ਵੀ ਪਾਈ ਆ, ਆਪਣੇ ਵੋਟ ਅਧਿਕਾਰ ਦੀ ਵਰਤੋਂ ਅਕਸ਼ੇ ਕੁਮਾਰ ਨੇ ਕਿਉਂ ਨਹੀਂ ਕੀਤੀ, ਉਦੋਂ ਦੇਸ਼ ਭਗਤੀ ਕਿੱਧਰ ਗਈ। ਅੱਜ ਅਕਸ਼ੇ ਕੁਮਾਰ ਨੇ ਗੱਲ ਕਹੀ ਆ ਕਿ ਮੇਰੀ ਕੈਨੇਡੀਅਨ ਨਾਗਰਿਕਤਾ ਦੇ ਉੱਤੇ ਸਵਾਲ ਕਰਨ ਵਾਲੇ ਲੋਕ ਹੁੰਦੇ ਕੌਣ ਆ, ਮੈਂ ਦੇਸ਼ ਦੇ ਵਿੱਚ ਆਪਣਾ ਕੰਮ ਕਰ ਰਿਹਾ, 7 ਸਾਲਾਂ ਤੋਂ ਮੈਂ ਕੈਨੇਡਾ ਦੇ ਵਿੱਚ ਗਿਆ ਨਹੀਂ, ਮੇਰੇ ਕੋਲ ਇੱਥੇ ਬਹੁਤ ਕੰਮ ਹੈ, ਮੇਰੇ ਉੱਤੇ ਕਿੰਤੂ ਕਰਨ ਦੀ ਧੋਖੀ ਬਣਦੀ ਆ। ਵਾਹਵਾ ਹਰਖ ਦੇ ਵਿੱਚ, ਗੁੱਸੇ ਦੇ ਵਿੱਚ ਉਹਨਾਂ ਨੇ ਗੱਲਾਂ ਕਹੀਆਂ। ਪਹਿਲਾਂ ਉਹਨਾਂ ਗੱਲਾਂ ਦਾ ਵੇਰਵਾ ਸਾਂਝਾ ਕਰਦੇ ਹਾਂ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਬੀਤੇ ਕਈ ਦਿਨਾਂ ਤੋਂ ਅਕਸ਼ੇ ਕੁਮਾਰ ਦੀ ਨਾਗਰਿਕਤਾ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਕੀਤੇ ਜਾ ਰਹੇ ਸੀ। ਬੀਤੀ 29 ਅਪ੍ਰੈਲ ਨੂੰ ਜੋ 4ਵੇਂ ਪੜਾਅ ਦੀਆਂ ਵੋਟਾਂ ਪਈਆਂ, ਉਹਨਾਂ ਦੇ ਵਿੱਚ ਕਈ ਬਾਲੀਵੁੱਡ ਦੇ ਕਲਾਕਾਰਾਂ ਦੇ ਵੱਲੋਂ ਹਿੱਸਾ ਲਿਆ ਗਿਆ, ਵੋਟ ਪਾਏ ਗਏ। ਇਸ ਦੌਰਾਨ ਅਕਸ਼ੇ ਦੀ ਪਤਨੀ ਟਵਿੰਕਲ ਖੰਨਾ ਤਾਂ ਵੋਟ ਪਾਉਣ ਗਈ ਨਜ਼ਰ ਆਈ ਪਰ ਅਕਸ਼ੇ ਨਜ਼ਰ ਨਹੀਂ ਆਏ। ਅਕਸ਼ੇ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਸੀ, ਉਹਨਾਂ ਦੀ ਦੇਸ਼ ਭਗਤੀ ਦੇ ਉੱਤੇ ਸਵਾਲ ਕੀਤੇ ਜਾ ਰਹੇ ਸੀ, ਪਰ ਅੱਜ ਟਵੀਟ ਕਰਕੇ ਅਕਸ਼ੇ ਨੇ ਉੱਤਰ ਦਿੱਤਾ ਹੈ, ਮੈਨੂੰ ਕਿਸੇ ਨੂੰ ਆਪਣੀ ਦੇਸ਼ ਭਗਤੀ 'ਤੇ ਪਿਆਰ ਸਾਬਤ ਕਰਕੇ ਦਿਖਾਉਣ ਦੀ ਲੋੜ ਨਹੀਂ। ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕਾਂ ਨੂੰ ਮੇਰੀ ਨਾਗਰਿਕਤਾ ਦੇ ਵਿੱਚ ਇੰਨੀ ਦਿਲਚਸਪੀ ਕਿਉਂ ਹੈ ਅਤੇ ਕਿਉਂ ਮੇਰੀ ਨਾਗਰਿਕਤਾ ਨੂੰ ਲੈ ਕੇ ਇੰਨਾ ਵਿਵਾਦ ਪੈਦਾ ਹੋ ਰਿਹਾ। ਅਕਸ਼ੇ ਨੇ ਅੱਗੇ ਲਿਖਿਆ, ਮੈਂ ਨਾ ਤਾਂ ਕਦੇ ਆਪਣੀ ਨਾਗਰਿਕਤਾ ਲੁਕਾਈ ਹੈ ਅਤੇ ਨਾ ਹੀ ਇਸ ਗੱਲ ਤੋਂ ਇਨਕਾਰ ਕੀਤਾ, ਪਰ ਮੈਂ ਇਹ ਗੱਲ ਜ਼ਰੂਰ ਕਹਿਣਾ ਕਿ 7 ਸਾਲ ਤੋਂ ਕੈਨੇਡਾ ਨਹੀਂ ਗਿਆ, ਮੈਂ ਭਾਰਤ ਦੇ ਵਿੱਚ ਕੰਮ ਕਰਦਾ, ਸਾਰੇ ਟੈਕਸ ਦਿੰਦਾ। ਇਹਨਾਂ ਸਾਲਾਂ ਦੇ ਵਿੱਚ ਮੈਂ ਕਦੇ ਵੀ ਭਾਰਤ ਪ੍ਰਤੀ ਆਪਣਾ ਪਿਆਰ ਸਾਬਤ ਕਰਨ ਦੀ ਲੋੜ ਨਹੀਂ ਸਮਝੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਪਹਿਲੀ ਗੱਲ ਤਾਂ ਦੋਸਤੋ ਅਸੀਂ ਕਹਾਂਗੇ, ਅਕਸ਼ੇ ਕੁਮਾਰ ਦੀਆਂ ਫਿਲਮਾਂ ਬਹੁਤ ਚੱਲਦੀਆਂ ਇਹ ਸੱਚ ਹੈ, ਅਕਸ਼ੇ ਕੁਮਾਰ ਕੈਨੇਡੀਅਨ ਨਾਗਰਿਕ ਆ ਇਹ ਵੀ ਸੱਚ ਹੈ, ਅਕਸ਼ੇ ਕੁਮਾਰ ਨੇ ਵੋਟ ਨਹੀਂ ਸੀ ਪਾ ਸਕਣੀ ਇਹ ਵੀ ਸੱਚ ਹੈ, ਪਰ ਅਕਸ਼ੇ ਕੁਮਾਰ ਦੀ ਇੰਟਰਵਿਊ ਦੇ ਉੱਤੇ ਤਾਂ ਅਸੀਂ ਸਵਾਲ ਕਰ ਸਕਦੇ ਹਾਂ। ਦੇਸ਼ ਭਗਤੀ ਦੇ ਉੱਤੇ ਸਵਾਲ ਕਰਨ ਨੂੰ ਆਪਣੇ ਕੋਲ ਭਾਜਪਾ ਦੇ ਬਹੁਤ ਸਾਰੇ ਨੇਤਾ ਹੈਗੇ ਆ, ਆਪਾਂ ਇਹ ਕੰਮ ਉਹਨਾਂ ਦੇ ਸਿਰ ਦੇ ਉੱਤੇ
ਵੀ ਕੀ ਤੁਸੀਂ ਜੋ ਮੋਦੀ ਸਾਹਿਬ ਦੀ ਇੰਟਰਵਿਊ ਕੀਤੀ ਹੈ ਇਹ ਸਕ੍ਰਿਪਟਡ ਸੀ ਜਾਂ ਤੁਹਾਡੇ ਆਪਣੇ ਵਲਵਲੇ ਸੀ, ਤੁਹਾਨੂੰ ਕਿਹਾ ਗਿਆ ਸੀ ਜਾਂ ਆਪ ਮੁਹਾਰੇ ਸਵਾਲ ਕੀਤੇ ਆ? ਵੈਸੇ ਉਹ ਸਵਾਲ ਤਾਂ ਹੈ ਹੀ ਨਹੀਂ ਸੀ, ਉਹ ਤਾਂ ਵੈਸੇ ਸੀ ਜਿਵੇਂ ਆਪਾਂ ਡਰਾਇੰਗ ਰੂਮ ਦੇ ਵਿੱਚ, ਜਿਵੇਂ ਅਸੀਂ ਰਸੋਈ ਦੇ ਕੋਲ ਬੈਠ ਕੇ ਜਾਂ ਅਸੀਂ ਕੰਧੋਲੀ ਦੇ ਕੋਲ ਜਾਂ ਅਸੀਂ ਚੁੱਲ੍ਹੇ ਚੌਂਕੇ ਦੇ ਉੱਤੇ ਬੈਠ ਕੇ ਗੱਲਾਂ ਕਰਦੇ ਹਾਂ, ਇਹ ਇਹੋ ਜਿਹੀਆਂ ਗੱਲਾਂ ਸੀ। ਇਹਨਾਂ ਗੈਰ ਰਸਮੀ ਗੈਰ ਰਾਜਨੀਤਿਕ ਗੱਲਾਂ ਦੇ ਵਿੱਚ ਜੋ ਸਾਨੂੰ ਨਿਕਲ ਕੇ ਸਾਹਮਣੇ ਆਇਆ, ਜੋ ਮਹਿਸੂਸ ਕੀਤਾ, ਉਹ ਇਹੀ ਜਾਪਦਾ ਸੀ ਕਿ ਅਕਸ਼ੇ ਕੁਮਾਰ ਇਹ ਜਾਣਦੇ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਤਿੱਖਾ ਸਵਾਲ ਨਹੀਂ ਕੀਤਾ ਜਾ ਸਕਦਾ। ਜੇਕਰ ਕੋਈ ਚੁਬਵਾਂ ਸਵਾਲ ਹੋ ਗਿਆ ਤਾਂ ਉਹ ਗੈਰ ਰਾਜਨੀਤਿਕ ਇੰਟਰਵਿਊ ਨਹੀਂ ਰਹਿਣੀ, ਜੇਕਰ ਕੋਈ ਤਿੱਖਾ ਸਵਾਲ ਹੋ ਗਿਆ ਤਾਂ ਭਾਜਪਾਈਆਂ ਨੇ ਬੁਰਾ ਬਣਾ ਜਾਣਾ ਅਤੇ ਫਿਲਮਾਂ ਮੇਰੀਆਂ ਅੱਗੋਂ ਫਿਰ ਲੱਗਣ 'ਚ ਸਮੱਸਿਆ ਜਾਣੀ ਹੈ। ਇਸ ਕਰਕੇ ਮਜਬੂਰੀਆਂ ਨੇ ਘੇਰਾ ਕੱਤਿਆ ਸੀ ਅਤੇ ਰਵੀਸ਼ ਕੁਮਾਰ ਨੇ ਉਹਨਾਂ ਸਾਰੀਆਂ ਮਜਬੂਰੀਆਂ ਅਤੇ ਅੰਬਾਨੀਆਂ ਕਿਸਮਾਂ ਅਤੇ ਇਸ ਇੰਟਰਵਿਊ ਦੀ ਕਿਸਮ ਦੇ ਮੁਤਲਕ ਬੜੇ ਵਿਸਥਾਰ ਦੇ ਵਿੱਚ ਸੋਹਣੀ ਜਾਣਕਾਰੀ ਪਿਛਲੇ ਰਣੀ ਦਿੱਤੀ ਵੀ ਹੈ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ, ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ, ਬਹੁਤ ਬਹੁਤ ਮਿਹਰਬਾਨੀ।